सम्मान जो गुरु प्यारो गुरु फतेह जी सांझ करिए जी, वाहगुरु जी का खालसा वाहगुरु जी की फतेह। सिख मिश्री कॉलेज लुधियाना वालों चल रही ऑनलाइन गुरमुख क्लास SMC USA विच आप सारिआं नूं जी आया, सारिआं दा स्वागत है। हर शुक्रवार असीं भगत बाणी विचों कुछ चोणवे शब्द जिन्हां दे भाव अर्थ डूंघे हन जां जिन्हां दे लफ्जी अर्थ भी समझण वाले हन उन्हां शब्दां दे विचार करदे हां। आसा राग के शब्दों की विचार चल रही है। भगत कबीर जी का शब्द आप जी की स्क्रीन के सामने डिस्प्ले है। साहिब श्री गुरु ग्रंथ साहब महाराज के 52 484 से यह शब्द शुभत है। मेरी बहुरिया को धनिया नाओ, देर आख्यो राम जनिया नाओ, इन मुंडियन मेरा घर तू जरावा, विटमै राम रमूंगा लावा। इस शब्द की विचार अच करे वीर नछत्र सिंह जी हुशियारपुर तो। बेनती कर रहा हूं वीर नछत्र सिंह जी अज की शब्द विचार आरंभ कर। वीर नछत्र सिंह जी, वाहगुरु जी का खालसा वाहगुरु जी की फतेह। वाहिगुरु साहिब जीओ एक ओंकार, सतनाम करता पुरख निरभउ निरवैर, अकाल मूरत अजूनी सैभं, गुर प्रसाद वाहेगुरु 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 वाहेगुरु। वाहेगुरु साहिब जीओ आसा मेरी बहरिया को धनिया नाओ, ले राखियो राम जनिया नाओ, इन मुंडियन मेरा घर धुंधरावा, बिटवै राम रमुआ लावा। रहाओ कहत कबीर सुनो मेरी माई, इन मुंडियन मेरी जात गवाई। कहत कबीर सुनो मेरी माई, इन मुंडियन मेरी जात गवाई। वाहिगुरु जी का खालसा वाहिगुरु जी की फतेह। सिख मिशनरी कॉलेज लुधियाना वालों चल रही ऑनलाइन क्लास के अंदर जुड़ बैठे सतसंगी जनों, अज का जो पावन बचन आपां विचार अधीन लिया है भगत कबीर जी का, धन साहिब श्री गुरु ग्रंथ साहिब महाराज जी के 484 पावन अंग के उत्ते सुभायमान है भगत कबीर जी। इन्हां शब्दां दे अंदर दूरों जदों आपां वेखदे हाँ, बाहरी तौर पर वेखदे हाँ कि अपने परिवार दीआं कुछ गल्लां जिहड़ियां ने ਉਹ ਸਾਂਝੀਆਂ ਕਰਦੇ ਨੇ ਜਦੋਂ ਉਪਰਾ ਉਪਰਾ ਵੇਖਦੇ ਹਾਂ, ਕਿਉਂਕਿ ਪਿਛਲਾ ਜੋ ਸ਼ਬਦ ਸੀ ਉਸ ਦੇ ਅੰਦਰ ਵੀ ਤੇ ਅੱਜ ਦਾ ਜੋ ਪਾਵਨ ਬਚਨ ਹੈ ਇਸ ਦੇ ਅੰਦਰ ਵੀ ਘਰ ਪਰਿਵਾਰ ਦੇ ਭਗਤ ਕਬੀਰ ਜੀ ਨੇ ਦ੍ਰਿਸ਼ਟਾਂਤ ਦੇ ਕਰਕੇ ਅਸਲ ਗੱਲ ਜਿਹੜੀ ਹੈ ਉਹ ਆਪਣੇ ਮਤ ਦੀ ਦੱਸੀ ਹੈ। ਪਿਛਲੇ ਪਾਵਨ ਬਚਨ ਦੇ ਅੰਦਰ ਜੋ ਵਿਚਾਰ ਕੀਤੀ ਸੀ ਉਸ ਦੇ ਅੰਦਰ ਵੀ ਭਗਤ ਕਬੀਰ ਜੀ ਸਮਝਾਉਣਾ ਕਰਦੇ ਸਨ ਕਿ ਪਹਿਲੀ ਕੁਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ। ਵੀਰ ਰਾਜਾ ਸਿੰਘ ਜੀ ਨੇ ਇਹਦਾ ਪਾਵਨ ਬਚਨਾਂ ਦੀ ਵਿਚਾਰ ਪਿਛਲੇ ਕਲਾਸ ਦੇ ਦੌਰਾਨ ਕੀਤੀ ਸੀ। ਬਾਹਰੀ ਤੌਰ 'ਤੇ ਇਹਦੇ ਵਿੱਚ ਵੀ ਇੰਝ ਲੱਗਦਾ ਹੈ ਕਿਉਂਕਿ ਜਦੋਂ ਇਹਦੇ ਅਰਥ ਕੀਤੇ ਗਏ ਤੇ ਅਰਥ ਕਰਨ ਵਕਤ ਕੁਝ ਲੋਕਾਂ ਨੇ ਬਾਹਰੀ ਤੌਰ 'ਤੇ ਉਹਦੇ ਅਰਥ ਜਿਹੜੇ ਸਨ ਉਹ ਕਰ ਦਿੱਤੇ ਵੀ ਭਗਤ ਕਬੀਰ ਜੀ ਸ਼ਾਇਦ ਆਪਣੇ ਪਰਿਵਾਰ ਦੀ ਗੱਲ ਇਹਦੇ ਵਿੱਚ ਕਰਦੇ ਨੇ ਵੀ ਉਹਨਾਂ ਦੀ ਪਹਿਲੀ ਪਤਨੀ ਜਿਹੜੀ ਸੀ ਉਹ ਭੈੜੀ ਸੀ, ਕੁਰੂਪ ਸੀ, ਕੁਜਾਤ ਸੀ, ਕੁਲੱਖਣੀ ਸੀ, ਤੇ ਬਾਅਦ ਵਿੱਚ ਜਿਹੜੀ ਉਹਨਾਂ ਦੀ ਸ਼ਾਦੀ ਹੋਈ
ਉਹ ਸੋਹਣੀ ਸੁਜਾਨ ਤੇ ਚੰਗੀ ਸੀ। ਇਹ ਬਾਹਰੀ ਤੌਰ ਤੇ ਅਰਥ ਸਾਖੀਕਾਰਾਂ ਨੇ ਜਦੋਂ ਸਾਖੀ ਕੱਢ ਕੇ ਕੀਤੇ ਇਹ ਅਰਥਾਂ ਦੇ ਫਿਰ ਅਨਰਥ ਹੋ ਗਏ। ਅਸਲ ਦੇ ਵਿੱਚ ਭਗਤ ਕਬੀਰ ਜੀ ਨੇ ਇੱਥੇ ਮਤ ਦੀ ਗੱਲ ਕੀਤੀ ਹੈ ਤੇ ਜੋ ਅੱਜ ਵਿਚਾਰ ਅਧੀਨ ਸ਼ਬਦ ਹੈ ਇਸ ਦੇ ਅੰਦਰ ਵੀ ਭਗਤ ਕਬੀਰ ਜੀ ਰਹਾਉ ਵਾਲੇ ਬੰਧ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਨੇ ਇਨ ਮੁੰਡੀਆਂ ਮੇਰਾ ਘਰ ਤੁੰਦਰਾਵਾ ਬਿਟਵੈ ਰਾਮ ਰਮਊਆ ਲਾਵਾ ਰਹਾਉ। ਇਨ ਮੁੰਡੀਆਂ, ਮੁੰਡੀਆਂ ਦਾ ਇੱਥੇ ਅਰਥ ਹੈ ਸਤ ਸੰਗੀ ਸਾਧੂ ਜਨ। ਭਗਤ ਕਬੀਰ ਜੀ ਕਹਿੰਦੇ ਨੇ ਇਹਨਾਂ ਸਤ ਸੰਗੀਆਂ ਨੇ ਮੇਰਾ ਘਰ ਧੁੰਦਰਾਵਾ, ਧੁੰਦਰਾਵਾ ਦਾ ਮਤਲਬ ਹੈ ਕਿ ਮੇਰਾ ਘਰ ਜਿਹੜਾ ਸੀ ਉਹ ਉਜਾੜ ਦਿੱਤਾ, ਬਰਬਾਦ ਕਰ ਦਿੱਤਾ। ਅਸਲ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਵੀ ਮੇਰੀ ਜਿਹੜੀ ਮੱਤ ਸੀ ਉਹ ਪਹਿਲਾਂ ਧਨ ਦੇ ਅਧੀਨ ਹੋ ਕੇ ਕੰਮ ਕਰਦੀ ਸੀ, ਪਰੰਤੂ ਜਦੋਂ ਮੈਂ ਸਤਸੰਗਤ ਵਿੱਚ ਗਿਆ, ਸਤਸੰਗੀਆਂ ਦੇ ਨਾਲ ਮੇਰਾ ਮਿਲਾਪ ਹੋਇਆ ਤੇ ਉਹਨਾਂ ਸਤਸੰਗੀਆਂ ਨੇ ਮੇਰਾ ਘਰ ਜਿਹੜਾ ਸੀ ਭੈੜੀ ਮੱਤ ਵਾਲਾ ਉਹ ਉਜਾੜ ਦਿੱਤਾ, ਉਹ ਖਤਮ ਕਰ ਦਿੱਤਾ। ਤੇ ਫਿਰ ਹੋਇਆ ਕਿ ਬਿਟਵੈ ਰਾਮ ਰਮੂਆ ਲਾਵਾ, ਬਿਟਵੇ ਦਾ ਇੱਥੇ ਅਰਥ ਹੈ ਜਿਹੜਾ ਮੇਰਾ ਮਨ ਅਣਜਾਣ ਸੀਗਾ ਉਹ ਮੇਰਾ ਮਨ ਅਣਜਾਣ ਜਿਹੜਾ ਸੀਗਾ ਹੁਣ ਪਰਮੇਸ਼ਰ ਦੀ ਲਗਨ ਦੇ ਵਿੱਚ ਲੱਗ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਨੇ ਇਨ ਮੁੰਡੀਆਂ ਮੇਰਾ ਘਰ ਤੁੰਦਰਾਵਾ, ਮੇਰਾ ਘਰ ਉਹਨਾਂ ਨੇ ਉਜਾੜ ਦਿੱਤਾ, ਭਾਵ ਭੈੜਾ ਭੈੜੀਆਂ ਬਿਰਤੀਆਂ ਜਿਹੜੀਆਂ ਮੇਰੇ ਹਿਰਦੇ ਘਰ ਦੇ ਅੰਦਰ ਸੀ ਉਹਨਾਂ ਭੈੜੀਆਂ ਬਿਰਤੀਆਂ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਖਤਮ ਕਰ ਦਿੱਤਾ। ਕਿਉਂਕਿ ਸਤਸੰਗਤ ਹੀ ਹੈ, ਜਦੋਂ ਆਪਾਂ ਗੁਣਾਂ ਦੀ ਗੱਲ ਕਰਦੇ ਹਾਂ ਸਤਿਗੁਰੂ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਦੇ ਅੰਦਰ ਸਾਨੂੰ ਸਮਝਾਉਣਾ ਕੀਤਾ ਵੀ ਜਿੱਦਾਂ ਜਿੱਦਾਂ ਦੇ ਮਨੁੱਖ ਦੇ ਅੰਦਰ ਵਿਚਾਰ ਉੱਠਦੇ ਨੇ ਉਵੇਂ ਉਵੇਂ ਦਾ ਮਨੁੱਖ ਜਿਹੜਾ ਹੈ ਆਪਣੀ ਸੰਗਤ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਵਿਕਾਰੀ ਮਨੁੱਖ ਜਿਹੜਾ ਹੈ ਉਹ ਵਿਕਾਰਾਂ ਵਾਲੀ ਸੰਗਤ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਨਸ਼ਈ ਮਨੁੱਖ ਨਸ਼ਈਆਂ ਵਾਲਿਆਂ ਸੰਗਤ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਤੇ ਜਿਹੜਾ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਸਤਸੰਗਤ ਵਿੱਚ ਚਲਾ ਜਾਂਦਾ ਹੈ, ਉਹ ਫਿਰ ਸਤਸੰਗੀਆਂ ਦੀ ਸੰਗ ਜਿਹੜਾ ਹੈ ਉਹ ਲੋਚਦਾ ਹੈ ਹਮੇਸ਼ਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਦੋਂ ਮੈਂ ਸਤਸੰਗਤ ਦੇ ਵਿੱਚ ਗਿਆ ਮੇਰੇ ਗੁਣ ਸਤਸੰਗੀਆਂ ਦੇ ਨਾਲ ਰਲ ਗਏ, ਮੇਰੇ ਅੰਦਰ ਵੀ ਚੰਗੇ ਗੁਣ ਪਰਮੇਸ਼ਰ ਵਾਲੇ ਗੁਣ ਜਿਹੜੇ ਨੇ ਉਹ ਪੈਦਾ ਹੋ ਗਏ। ਤੇ ਭਗਤ ਕਬੀਰ ਜੀ ਕਹਿੰਦੇ ਨੇ ਮੁੰਡੀਆਂ ਮੁੰਡੀਆਂ ਹੋਈ ਏਕ, ਜਿਹੜੇ ਸਤਸੰਗੀ ਸਨ ਉਹ ਸਾਰੇ ਜਿਹੜੇ ਸਨ ਉਹ ਰਲ ਗਏ, ਉਹਨਾਂ ਦੇ ਦਿਲ ਜਿਹੜੇ ਸੀ ਉਹ ਮਿਲ ਗਏ। ਇਹ ਮੁੰਡੀਆਂ ਬੁੱਢਤ ਕੀ ਟੇਕ, ਜਿਹੜੇ ਹਿਰਦੇ ਘਰ ਦੇ ਅੰਦਰ ਵਿਕਾਰ ਸਨ ਉਹਨਾਂ ਵਿਕਾਰਾਂ ਨੂੰ ਫਿਰ ਭਗਤ ਕਬੀਰ ਜੀ ਕਹਿੰਦੇ ਨੇ ਉਹ ਸਹਾਰਾ ਲੈਣਾ ਛੱਡ ਦਿੱਤਾ, ਸਤਸੰਗੀਆਂ ਦੇ ਉਹਨਾਂ ਵਿਕਾਰਾਂ ਦਾ ਸਹਾਰਾ ਲੈਣਾ ਟੇਕ ਲੈਣੀ ਛੱਡ ਦਿੱਤੀ। ਇਹ ਮੁੰਡੀਆਂ ਬੁੱਢਤ ਕੀ ਟੇਕ, ਜਿਹੜਾ ਪਹਿਲਾਂ ਮਨ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਸੀ ਉਹ ਵਿਕਾਰਾਂ ਦੇ ਵਿੱਚ ਫਸੇ ਹੋਏ ਮਨ ਨੇ ਹੁਣ ਵਿਕਾਰਾਂ ਦੀ ਆਸਰਾ ਟੇਕ ਜਿਹੜਾ ਸੀ ਉਹ ਲੈਣਾ ਛੱਡ ਦਿੱਤਾ ਜਦੋਂ ਮੇਰਾ ਮਨ ਸਤਸੰਗਤ ਵਿੱਚ ਰਲ ਗਿਆ। ਸੁਣ ਅੰਦਲੀ ਲੋਈ ਬੈਪੀਰ, ਇਨ ਮੁੰਡੀਆਂ ਪੱਜ ਸ਼ਰਨ ਕਬੀਰ। ਭਗਤ ਕਬੀਰ ਜੀ ਆਪਣੀ ਮੱਤ ਨੂੰ ਕਹਿੰਦੇ ਨੇ ਇਹ ਮੇਰੀ ਮੱਤ, ਇਨ ਮੁੰਡੀਆਂ ਇਹਨਾਂ ਸਤਸੰਗੀਆਂ ਨੇ ਫਿਰ ਕੀਤਾ ਕਿ ਮੇਰਾ ਮਨ ਸਤਸੰਗਤ ਦੇ ਵਿੱਚ ਚੰਗੇ ਗੁਣਾਂ ਦੇ ਵਿੱਚ ਜੋੜ ਦਿੱਤਾ ਤੇ ਉਸ ਸਤਸੰਗਤ ਦੇ ਵਿੱਚੋਂ ਗਿਆਨ ਪ੍ਰਾਪਤ ਹੋਇਆ ਤੇ ਮੈਂ ਹੁਣ ਸਤਸੰਗੀਆਂ ਦੇ ਨਾਲ ਰਲ ਕੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਗਿਆ, ਪਰਮੇਸ਼ਰ ਵਾਲੇ ਗੁਣ ਜਿਹੜੇ ਸਨ ਉਹ ਮੇਰੇ ਵਿੱਚ ਆ ਗਿਆ, ਮੈਂ ਹੁਣ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਿਆ। ਕਿਉਂਕਿ ਸਤਸੰਗਤ ਦੇ ਵਿੱਚੋਂ ਉਸ ਇਕੱਠ ਦੇ ਵਿੱਚੋਂ ਫਿਰ ਗਿਆਨ ਪ੍ਰਾਪਤ ਹੋਇਆ। ਗਿਆਨ ਨੇ ਕੀ ਕੀਤਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਧੀ। ਉਸ ਗਿਆਨ ਦੀ ਆਂਧੀ ਜਿਹੜੀ ਪ੍ਰਾਪਤ ਹੋਈ, ਭਗਤ ਕਬੀਰ ਜੀ ਕਹਿੰਦੇ ਨੇ
उस ज्ञान की आंधी ने मेरे भरम की छपरी जड़ी सी वो तोड़ दिती। सबे उडानी भ्रम की टाटी रहे न माया बांधी। हुण पहला मन जिहड़ा सीगा जो इस शब्द के अंदर भी भगत कबीर जी कहते ने मेरे बफरिया को धनिया ना ते मेरी मत धन दे विच खचत हुई सी। भगत कबीर जी कहते ने वह हुण माया वाली जिहड़ी बिरती सी वह खत्म हो गई, वह भरम की छपरी जिहड़ी सी वह तोड़ दित्ती जदों मेरे हिरदे दे अंदर ज्ञान जिहड़ा सी वह प्राप्त हो गया। दुचुत्ते की दोए थून गिरानी मुह बलेडा टूटा तिशना शान परी धर उपर दुरमत भांडा फूटा। भैड़ी मत वाला भांडा जिहड़ा सी वह खत्म हो गया, तृष्णा की छपरी जिहड़ी सी वह खत्म हो गई। आंधी पाशा जो जल बरखे तह तेरा जन पीना कह कबीर मन भया प्रकाशा उदे भान जब चीना। भगत कबीर जी कहते ने जिमें तेज झखड़ आउंदा है, तेज झखड़ दे नाल वर्खा हुंदी है ते वर्खा होण तो बाद चारे पासे दरखत पानी दे नाल साफ हो जांदे ने, निर्मल हो जांदे ने ते जदों सूरज फिर चढ़दा है ते उहदी रोशनी दे नाल उहनां दे अंदर चमक पैदा हो जांदी है। भगत कबीर जी कहिंदे ने आंधी पाशे जो जल बरखे तह तेरा जन पीना। वह परमेशर दे गुणां दे जल वरख्या सतसंगत विच आउण दे नाल ते मेरे हुण हिरदे दे अंदर ज्ञान रूपी प्रगास जिहड़ा है वह पैदा हो गया। मेरे हिरदे दे अंदर ज्ञान आ गया, ज्ञान दे नाल हनेरा जिहड़ा सी वह खत्म हो गया ते हुण मेरा मन जिहड़ा है वह प्रगास वल चला गया, भाव हुण विकारी बिरती जिहड़ी सी वह खत्म हो गई। विकारी बिरती खत्म होण दे नाल मन दे विच तब्दीली आई। मन दे विच तब्दीली आउण दे नाल फिर होया कि भगत कबीर जी ही एक पावन बचन दे अंदर उस तब्दीली दा साडे सन्मुख नक्शा खिंचदे ने। कुछ कु उदाहरणां साडे सन्मुख भगत कबीर जी कहिंदे ने, भगत कबीर जी कहिंदे ने भी गंगा के संग सलता बिगड़ी, भी गंगा नदी दे विच नदी जिहड़ी सी ਉਹ ਜਾ ਪਈ। ਹੁਣ ਇੱਕ ਨਦੀ ਸੀ ਪਹਿਲਾਂ ਹੰਕਾਰੀ ਹੋਈ ਸੀ ਪਰ ਜਦੋਂ ਉਹ ਗੰਗਾ ਦੇ ਵਿੱਚ ਬਦਲ ਗਈ, ਉਹ ਗੰਗਾ ਦੇ ਵਿੱਚ ਡਿੱਗ ਪਈ ਸੋ ਸਲਤਾ ਗੰਗਾ ਹੋਈ ਨਿਬਰੀ। ਪਹਿਲਾਂ ਉਸ ਨਦੀ ਨੂੰ ਕੋਈ ਸਤਿਕਾਰਦਾ ਨਹੀਂ ਸੀ, ਕੋਈ ਪੂਜਦਾ ਨਹੀਂ ਸੀ, ਪਰ ਹੁਣ ਉਹੀ ਨਦੀ ਜਿਹੜੀ ਗੰਗਾ ਦੇ ਵਿੱਚ ਡਿੱਗ ਪਈ ਤੇ ਹੁਣ ਗੰਗਾ ਦੇ ਵਾਂਗੂ ਉਹਦਾ ਵੀ ਪੂਜਣ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਹਿੰਦੂ ਮਤ ਦੇ ਅੰਦਰ ਗੰਗਾ ਨੂੰ ਪੂਜਿਆ ਜਾਂਦਾ ਸੀ। ਉਹਨਾਂ ਦੀ ਉਦਾਹਰਣ ਹੀ ਦੇਖ ਕੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਗੰਗਾ ਕੀ ਸੰਗ ਸਲਤਾ ਬਿਗੜੀ, ਨਦੀ ਜਿਹੜੀ ਸੀ ਉਹ ਗੰਗਾ ਦੇ ਵਿੱਚ ਮਿਲ ਕੇ ਉਹ ਵਿਗੜ ਗਈ। ਕਿਉਂਕਿ ਭਗਤ ਕਬੀਰ ਜੀ ਇਸ ਪਾਵਨ ਬਚਨ ਦੇ ਵਿੱਚ ਕਹਿੰਦੇ ਨੇ ਇਨ ਮੁੰਡੀਏ ਨੇ ਮੇਰਾ ਘਰ ਧੁੰਦਰਾ ਵਾ, ਬੇ ਇਹਨਾਂ ਸਤਸੰਗੀਆਂ ਨੇ ਮੇਰਾ ਘਰ ਉਜਾੜ ਦਿੱਤਾ ਬਦਲ ਦਿੱਤਾ। ਉਜਾੜ ਦਾ ਮਤਲਬ ਬਦਲ ਦਿੱਤਾ, ਭੈੜੀ ਮਤ ਤੋਂ ਚੰਗੀ ਮਤ ਦੇ ਵਿੱਚ ਲੈ ਆਉਂਦਾ। ਤੇ ਉਹੀ ਉਦਾਹਰਣਾਂ ਦੇਖ ਕੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਗੰਗਾ ਦੇ ਵਿੱਚ ਨਦੀ ਪ੍ਰਵੇਸ਼ ਕਰ ਗਈ ਤੇ ਉਹ ਗੰਗਾ ਦਾ ਰੂਪ ਹੋ ਗਈ, ਉਹ ਵੀ ਵਿਗੜ ਗਈ, ਭਾਵ ਉਹਦੇ ਵਿੱਚ ਤਬਦੀਲੀ ਆ ਗਈ। ਵਿਗੜਿਓ ਕਬੀਰਾ ਰਾਮ ਦੁਹਾਈ, ਲੋਕ ਜਿਹੜੇ ਸਨ ਉਹ ਭਗਤ ਕਬੀਰ ਜੀ ਨੂੰ ਕਹਿੰਦੇ ਸਨ ਵੀ ਇਹ ਵਿਗੜ ਗਿਆ ਹੈ ਕਿਉਂਕਿ ਇਹ ਸਤਸੰਗੀਆਂ ਦੇ ਵਿੱਚ ਜਾ ਕੇ ਬਹਿੰਦਾ ਹੈ। ਸਾਚ ਪਿਓ ਅੰਨ ਕਤੇ ਨਾ ਜਾਈ, ਫਿਰ ਭਗਤ ਕਬੀਰ ਜੀ ਅੱਗੇ ਉਦਾਹਰਣ ਦਿੰਦੇ ਨੇ, ਕਹਿੰਦੇ ਨੇ ਚੰਦਨ ਕਹਿ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਹੋਏ ਨਿਭਰਿਓ। ਚੰਦਨ ਜਿਹੜਾ ਸੁਗੰਧੀ ਦੇਣ ਵਾਲਾ ਹੈ ਤੇ ਭਗਤ ਕਬੀਰ ਜੀ ਕਹਿੰਦੇ ਨੇ ਚੰਦਨ ਕੇ ਸੰਗ ਤਰਵਰ, ਤਰਵਰ ਦਾ ਮਤਲਬ ਰੁੱਖ, ਰੁੱਖ ਜਿਹੜੇ ਸਨ ਉਹ ਵਿਗੜ ਗਏ, ਭਾਵ ਉਹਨਾਂ ਦੇ ਵਿੱਚ ਤਬਦੀਲੀ ਆ ਗਈ। ਹੁਣ ਉਹ ਜਿਹੜੇ ਤਮਾਮ ਚਾਰੇ ਪਾਸੇ ਰੁੱਖ ਉੱਗੇ ਹੋਏ ਸਨ, ਚੰਦਨ ਦੀ ਖਾਸੀਅਤ ਹੈ ਕਿ ਚੰਦਨ ਤਮਾਮ ਆਲੇ ਦੁਆਲੇ ਦੀ ਬਨਸਪਤੀ ਨੂੰ ਆਪਣਾ ਰੂਪ ਦੇ ਦਿੰਦਾ ਹੈ, ਆਪਣੇ ਵਿੱਚੋਂ ਸੁਗੰਧੀ ਉਹਨਾਂ ਦੇ ਅੰਦਰ ਟਰਾਂਸਫਰ ਕਰ ਦਿੰਦਾ ਹੈ। ਚੰਦਨ ਦੇ ਨਾਲ ਸੰਗ ਕਰਨ ਦੇ ਉਹ ਰੁੱਖ ਉਹ ਵੀ ਤਬਦੀਲੀ ਦੇ ਵਿੱਚ ਆ ਗਿਆ, ਉਹ ਵੀ ਵਿਗੜ ਗਏ। ਸੋ ਤਰਵਰ ਚੰਦਨ ਹੋਏ ਨਿਬਰਿਓ, ਉਹ ਰੁੱਖ ਜਿਹੜੇ ਸਨ
वो चंदन का रूप हो गया। पारस के संग तांबा बिगड़ियो सो तांबा कंचन होए निबरियो। पारस का संग करके तांबा जिहड़ा सी उहदे विच तब्दीली आ गई ते ओ तांबा जिहड़ा सी हुण ओ सोने का रूप हो गया। सो तांबा कंचन होए निबरियो ते ओ तांबा जिहड़ा सी ओ कंचन जिहड़ा सी ओ बन बैठा उहदे विच तब्दीली आ गई। ते भगत कबीर जी कहिंदे ने संतन संग कबीरा बिगड़ियो सो कबीर रामे होए निबरियो। हुण भगत कबीर जी कहिंदे ने जो उन्होंने पुछते ने कहते ने लोग कबीर बिगड़ गया है ते भगत कबीर जी कहने लगे हाँ मैं बिगड़ गया मेरे विच तब्दीली आ गई है। संतन संग कबीरा बिगड़ियो मैं भी बिगड़ गया भाव मेरे विच भी तब्दीली हो गई ते मैं हुण आम जिहड़ा सी क्योंकि इस शब्द के अखीर दे विच भी भगत कबीर जी ने उस तब्दीली का जिक्र करना है जो अज विचार अधीन है। ਤੇ ਭਗਤ ਕਬੀਰ ਜੀ ਕਹਿੰਦੇ ਨੇ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮੇ ਹੋਏ ਨਿਬਰਿਓ। ਵੀ ਹੁਣ ਉਹ ਕਬੀਰ ਰਾਮ ਦਾ ਰੂਪ ਹੋ ਗਿਆ। ਰਾਮ ਦਾ ਰੂਪ ਹੋਣ ਦਾ ਮਤਲਬ ਜੋ ਗੁਣ ਪਰਮੇਸ਼ਰ ਦੇ ਵਿੱਚ ਸਨ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਉਹ ਗੁਣ ਭਗਤ ਕਬੀਰ ਜੀ ਦੇ ਅੰਦਰ ਆ ਗਏ ਤੇ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਆਸਾ ਰਾਗ ਦੇ ਅੰਦਰ ਇਸ ਤਬਦੀਲੀ ਦਾ ਜ਼ਿਕਰ ਜਿਹੜਾ ਹੈ ਉਹ ਕਰਦੇ ਨੇ। ਵੀ ਜਦੋਂ ਮਨੁੱਖ ਸਤਸੰਗਤ ਵਿੱਚ ਜਾਂਦਾ ਹੈ ਸਤਸੰਗੀਆਂ ਦੇ ਨਾਲ ਮਿਲਦਾ ਹੈ ਤੇ ਉਹਦੇ ਵਿੱਚ ਵੀ ਤਬਦੀਲੀ ਆਉਂਦੀ ਹੈ ਤੇ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਅਦਮ ਚੰਡਾਲੀ ਧਈ ਬ੍ਰਾਹਮਣੀ ਸੁਧੀ ਤੇ ਸ੍ਰਿਸ਼ਟਾਈ ਰੇ। ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਅਦਮ ਚੰਡਾਲੀ ਭਾਵ ਅਦਮ ਦਾ ਮਤਲਬ ਨੀਚ ਨੀਚ ਚੰਡਾਲ ਬਿਰਤੀ ਜਿਹੜੀ ਸੀ ਉਹ ਬ੍ਰਾਹਮਣੀ ਹੋ ਗਏ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਇੱਥੇ ਕੁਝ ਉਦਾਹਰਨਾਂ ਹੀ ਦਿੱਤੀਆਂ ਨੇ ਕਿਉਂਕਿ ਉਸ ਵਕਤ ਉਹਨਾਂ ਲੋਕਾਂ ਨੇ ਊਚ ਨੀਚ ਦਾ ਫਰਕ ਜਿਹੜਾ ਸੀ ਉਹ ਪਾਇਆ ਹੋਇਆ ਸੀ। ਸ਼ੂਦਰ ਨੂੰ ਮਾੜਾ ਗਿਣਿਆ ਜਾਂਦਾ ਸੀ ਬ੍ਰਾਹਮਣ ਨੂੰ ਬੜਾ ਉੱਚਾ ਗਿਣਿਆ ਜਾਂਦਾ ਸੀ। ਸਤਿਗੁਰੂ ਮਹਾਰਾਜ ਨੇ ਕੇਵਲ ਉਹਨਾਂ ਦਾ ਦ੍ਰਿਸ਼ਟਾਂਤ ਉਹਨਾਂ ਦੇ ਸਨਮੁਖ ਰੱਖ ਕੇ ਸਮਝਾਉਣਾ ਕੀਤਾ ਜੋ ਉਹਨਾਂ ਦੇ ਮਨ ਦੇ ਵਿੱਚ ਉੱਚੇ ਨੀਵੇਂ ਦੀ ਗੱਲ ਬਣੀ ਹੋਈ ਸੀ। ਗੁਰਮਤਿ ਨੇ ਉੱਚੇ ਨੀਵੇਂ ਨੂੰ ਨਹੀਂ ਮੰਨਿਆ ਕਿਸੇ ਨੂੰ ਬ੍ਰਾਹਮਣ ਕਿਸੇ ਨੂੰ ਸ਼ੂਦਰ ਨੀਵਾਂ ਤੇ ਬ੍ਰਾਹਮਣ ਉੱਚਾ ਨਹੀਂ ਮੰਨਿਆ ਪਰ ਸਤਿਗੁਰੂ ਮਹਾਰਾਜ ਨੇ ਕੇਵਲ ਉਹਨਾਂ ਦੇ ਅੰਦਰ ਜੋ ਇੱਕ ਭਰਮ ਪੈਦਾ ਹੋਇਆ ਸੀ ਤਸਵੀਰ ਬਣੀ ਹੋਈ ਸੀ ਉਹਦੀ ਉਦਾਹਰਨ ਦੇ ਕੇ ਕਹਿੰਦੇ ਨੇ ਵੀ ਜਿਹੜੀ ਮੇਰੀ ਮੱਤ ਜਿਹੜੀ ਸੀ ਨੀਚ ਚੰਡਾਲ ਬਿਰਤੀ ਸੀ ਹੁਣ ਉੱਚੀ ਹੋ ਗਈ। ਬ੍ਰਾਹਮਣੀ ਦਾ ਮਤਲਬ ਉੱਚੀ ਹੋ ਗਈ। ਸੁਧੀ ਤੇ ਸ੍ਰਿਸ਼ਟਾਈ ਰੇ ਜਿਹੜੀ ਸ਼ੂਦਰ ਸੀ ਹੁਣ ਸ੍ਰੇਸ਼ਟ ਹੋ ਗਈ ਉੱਚੀ ਹੋ ਗਈ। ਪਾਤਾਲੀ ਆਕਾਸ਼ੀ ਸਖਨੀ ਲਹਿਬਰ ਬੂਜੀ ਖਾਈ ਰੇ। ਹੁਣ ਜਿਹੜੀ ਮੇਰੀ ਉਹ ਚੰਡਾਲ ਬਿਰਤੀ ਸੀ ਉਸ ਬਿਰਤੀ ਦੇ ਵਿੱਚ ਤ੍ਰਿਸ਼ਨਾ ਵੀ ਸੀ ਜਿਹੜੀ ਪਤਾਲ ਤੋਂ ਲੈ ਕੇ ਆਕਾਸ਼ ਤੱਕ ਉਹ ਬਿਰਤੀ ਸਭ ਕੁਝ ਖਾਣਾ ਚਾਹੁੰਦੀ ਸੀ ਇਕੱਠਾ ਕਰਨਾ ਚਾਹੁੰਦੀ ਸੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਤ੍ਰਿਸ਼ਨਾ ਦੀ ਬਿਰਤੀ ਜਿਹੜੀ ਸੀ ਉਹ ਵੀ ਖਤਮ ਹੋ ਗਈ। ਘਰ ਕੀ ਬਲਾਈ ਅਵਰ ਸਿਖਾਈ ਮੂਸਾ ਦੀ ਡਰਾਈ ਰੀ। ਘਰ ਕੀ ਬਲਾਈ ਭਾਵ ਇਸ ਬਿਰਤੀ ਜਿਹੜੀ ਬਿੱਲੀ ਰੂਪੀ ਸੀ ਹਮੇਸ਼ਾ ਇੱਧਰ ਉੱਧਰ ਝਾਕਦੀ ਸੀ ਮੂਸਾ ਦੀ ਡਰਾਈ ਹੁਣ ਉਹ ਦੁਨੀਆਂ ਦੇ ਜਿਹੜੇ ਪਦਾਰਥ ਨੇ ਉਹ ਦੇਖ ਕਰਕੇ ਉਹਨਾਂ ਦੇ ਵਿੱਚ ਰੁੱਝਦੀ ਨਹੀਂ ਹੈ ਉਹਦੇ ਵਿੱਚ ਖਚਤ ਨਹੀਂ ਹੁੰਦੀ ਹੁਣ ਉਹ ਇੱਕ ਪਾਸੇ ਹੋ ਗਈ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅੱਜ ਕੇ ਵਸ ਗੁਰ ਕੀਨੋ ਕੇ ਹਰ ਕੁਕਰ ਤਿਨੇ ਲਗਾਈ ਰੇ। ਕੁਕਰ ਰੂਪੀ ਬਿਰਤੀ ਜਿਹੜੀ ਹੈ ਉਹ ਖਤਮ ਹੋ ਗਈ। ਹੰਕਾਰ ਰੂਪੀ ਸ਼ੇਰ ਦੀ ਬਿਰਤੀ ਜਿਹੜੀ ਸੀ ਭਾਵ ਹੰਕਾਰ ਉਹ ਖਤਮ ਹੋ ਗਿਆ ਤੇ ਨਿਮਰਤਾ ਰੂਪੀ ਬੱਕਰੀ ਜਿਹੜੀ ਸੀ ਉਹ ਹਿਰਦੇ ਦੇ ਅੰਦਰ ਵਸ ਗਈ ਭਾਵ ਤਬਦੀਲੀ ਆ ਗਈ। ਉਹ ਤਬਦੀਲੀ ਆਈ ਵੀ ਮਾੜੇ ਗੁਣ ਜਿਹੜੇ ਸਨ ਮਾੜੇ ਔਗਣ ਜਿਹੜੇ ਸਨ ਉਹ ਖਤਮ ਹੋ ਗਿਆ ਤੇ ਚੰਗੇ ਗੁਣ ਜਿਹੜੇ ਸਨ ਉਹ ਆ ਗਏ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਹੋਰ ਪਾਵਨ ਬਚਨ ਦੇ ਅੰਦਰ ਸਾਡਾ ਮਾਰਗ ਦਰਸ਼ਨ ਕਰਦੇ ਨੇ। ਕਹਿੰਦੇ ਨੇ ਅਪੁਸ਼ਟ ਬਾਤ ਤੇ ਭਈ ਸਿਧਰੀ ਦੂਤ ਦੁਸ਼ਟ ਸਚ ਨਹੀਂ। ਅਪੁਸ਼ਟ ਬਾਤ ਤੇ ਭਈ ਸਿਧਰੀ ਹੁਣ ਜਿਹੜੀ ਪੁੱਠੀ ਬਾਤ ਸੀ ਭਾਵ ਮਨ ਪੁੱਠੇ ਪਾਸੇ ਤੁਰਦਾ ਸੀ ਹੁਣ ਮਨ ਜਿਹੜਾ ਹੈ ਉਹ ਸਿੱਧੇ ਪਾਸੇ ਤੁਰਨ ਲੱਗ ਪਿਆ।
ਜਿਹੜੇ ਉਸ ਮਾੜੀ ਬਿਰਤੀ ਦੇ ਕਾਰਨ ਮੈਨੂੰ ਆਪਣੇ ਦੁਸ਼ਟ ਭਾਵ ਦੁਸ਼ਮਣ ਲੱਗਦੇ ਸਨ, ਭੈੜੇ ਲੱਗਦੇ ਸਨ, ਮੇਰੇ ਬਿਰਤੀ ਦੇ ਕਾਰਨ ਉਹ ਹੁਣ ਮੇਰੇ ਸੱਜਣ ਬਣ ਗਏ। ਅੰਧਕਾਰ ਮੈਂ ਰਤਨ ਪ੍ਰਗਾਸ਼ਿਓ ਮਲੀਨ ਬੁੱਧ ਹਸ਼ ਨਹੀਂ। ਅੰਧਕਾਰ ਭਾਵ ਹਨੇਰੇ ਵਿਕਾਰਾਂ ਰੂਪੀ ਸੀ, ਉਹਦੇ ਵਿੱਚ ਰਤਨਾ ਰੂਪੀ ਪ੍ਰਗਾਸ਼ ਹੋ ਗਿਆ। ਮਲੀਨ ਬੁੱਧ ਜਿਹੜੀ ਸੀ ਮਾੜੇ ਵਿਕਾਰਾਂ ਦੇ ਵਿੱਚ ਫਸੀ ਹੋਈ, ਉਹ ਚੰਗੀ ਹੋ ਗਈ। ਜੋ ਕਿਰਪਾ ਗੋਬਿੰਦ ਪਈ, ਪਰ ਇਹ ਕਦੋਂ ਹੋਈ? ਜਦੋਂ ਮਾਲਕ ਪਰਮੇਸ਼ਰ ਦੀ ਕਿਰਪਾ ਮਿਲ ਗਈ। ਸੁੱਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰੂ ਮੈਂ ਲਈ। ਸੁੱਖ ਸੰਪਤ ਹਰ ਨਾਮ ਫਲ ਪਾਏ, ਪਰਮੇਸ਼ਰ ਦਾ ਨਾਮ ਰੂਪੀ ਫਲ ਪ੍ਰਾਪਤ ਹੋ ਗਿਆ, ਜਿਹੜਾ ਸੁੱਖਾਂ ਦੇਣ ਵਾਲਾ ਸੀ ਤੇ ਗੁਰੂ ਦੇ ਕੋਲੋਂ ਪ੍ਰਾਪਤ ਹੋਏ ਆ। ਮੋਹਿ ਕਿਰਪਨ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ। ਕਿਰਪਨ ਦਾ ਮਤਲਬ ਗਰੀਬ, ਕਹਿਣ ਲੱਗੇ ਵੀ ਮੇਰਾ ਉਹ ਬਿਰਤੀ ਜਿਹੜੀ ਗਰੀਬ ਸੀ, ਮੈਨੂੰ ਕੋਈ ਪਛਾਣਦਾ ਨਹੀਂ ਸੀ, ਮੈਨੂੰ ਕੋਈ ਜਾਣਦਾ ਨਹੀਂ ਸੀ, ਹੁਣ ਸਾਰੇ ਭਵਨਾਂ ਦੇ ਵਿੱਚ ਪ੍ਰਗਟ ਹੋ ਗਿਆ। ਸੰਗ ਬੈਠਨੋ ਕਹੀ ਨਾ ਪਾਵਤ, ਹੁਣ ਸਗਲ ਚਰਨ ਸੇਵਈ। ਕਹਿਣ ਲੱਗੇ ਕੋਈ ਮੈਨੂੰ ਕੋਲ ਬਿਠਾ ਕੇ ਰਾਜੀ ਨਹੀਂ ਸੀਗਾ, ਹੁਣ ਸਾਰੇ ਮੇਰੇ ਕੋਲ ਬਹਿੰਦੇ ਨੇ। ਆਡ ਆਡ ਕੋ ਫਿਰਤ ਢੂੰਡਤੇ, ਮਨ ਸਗਲ ਦ੍ਰਿਸ਼ਨ ਬੁੱਝ ਗਈ। ਮੈਂ ਕਹਿਣ ਲੱਗਾ ਵੀ ਅੱਧੀ ਅੱਧੀ ਕੌਡੀ ਦੇ ਵਾਸਤੇ ਇੱਧਰ ਉੱਧਰ ਭੱਜਦਾ ਫਿਰਦਾ ਸੀ, ਪਰ ਹੁਣ ਮੇਰਾ ਮਨ ਜਿਹੜਾ ਹੈ ਨਾ, ਉਹ ਮਨ ਤ੍ਰਿਸ਼ਨਾ ਦੇ ਵਿੱਚ ਜਿਹੜਾ ਬੜਾ ਭਟਕਦਾ ਸੀ, ਉਹ ਮੇਰੀ ਤ੍ਰਿਸ਼ਨਾ ਜਿਹੜੀ ਸੀ ਹੁਣ ਉਹ ਬੁੱਝ ਗਈ, ਉਹ ਤ੍ਰਿਸ਼ਨਾ ਮੇਰੀ ਖਤਮ ਹੋ ਗਈ। ਇੱਧਰ ਉੱਧਰ ਮੇਰੇ ਭਟਕਣ ਦੀ ਉਹ ਤ੍ਰਿਸ਼ਨਾ ਰੂਪੀ ਬਿਰਤੀ ਖਤਮ ਹੋ ਗਈ। ਏਕ ਬੋਲ ਪੀ ਖਬ ਤੋ ਨਾਹੀ, ਸਾਧ ਸੰਗ ਸੀਤ ਲਈ। ਭਗਤ ਸਤਿਗੁਰੂ ਮਹਾਰਾਜ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ, ਵੀ ਜਿਹੜਾ ਮਨ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਬੜਾ ਕਾਹਲਾ ਪੈਂਦਾ ਸੀ, ਕਿਸੇ ਦਾ ਇੱਕ ਥਰਵਾ ਬੋਲ ਜੇ ਕੋਈ ਕਹਿ ਵੀ ਦਿੰਦਾ ਸੀ ਕੋਈ ਬੋਲ, ਤੇ ਉਹ ਸਹਾਰ ਨਹੀਂ ਸੀ ਸਕਦਾ ਇਹ ਮਨ, ਕਿਉਂਕਿ ਵਿਕਾਰ ਸੀਗੇ। ਏਕ ਬੋਲ ਪੀ ਖਬ ਤੋ ਨਾਹੀ, ਵੀ ਇੱਕ ਵੀ ਬੋਲ ਜਿਹੜਾ ਸੀ ਕਿਸੇ ਦਾ ਸਹਾਰਦਾ ਨਹੀਂ ਸੀ। ਪਰ ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਧ ਸੰਗ ਸੀਤ ਲਈ, ਤੇ ਹੁਣ ਮੈਂ ਸਤਸੰਗਤ ਦੇ ਵਿੱਚ ਆ ਗਿਆ, ਤੇ ਮਨ ਇੰਨਾ ਕੁ ਠੰਡਾ ਠਾਰ ਹੋ ਗਿਆ, ਮਨ ਇੰਨਾ ਕੁ ਸੀਤਲ ਹੋ ਗਿਆ, ਹੁਣ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ। ਉਹ ਪਰਵਾਹ ਨਹੀਂ ਕਰਦਾ, ਉਹਦਾ ਕਾਰਨ ਇੱਕੋ ਹੀ ਇੱਕ ਹੈ, ਵੀ ਮਨ ਦੇ ਅੰਦਰ ਤਬਦੀਲੀ ਆ ਗਈ, ਜਿਹੜੀ ਭਗਤ ਕਬੀਰ ਜੀ ਇਸ ਰਹਾਓ ਵਾਲੇ ਬੰਦ ਦੇ ਅੰਦਰ ਪਹਿਲੀ ਤੁਕ ਵਿੱਚ ਕਹਿੰਦੇ ਨੇ, ਇਨ ਮੁੰਡੀਆਂ ਮੇਰਾ ਘਰ ਧੁੰਦਰ ਆਵਾ। ਇਹਨਾਂ ਸੱਤ ਸੰਗੀਆਂ ਨੇ ਮੇਰਾ ਘਰ ਜਿਹੜਾ ਸੀਗਾ ਉਹ ਉਜਾੜ ਦਿੱਤਾ। ਜਿਹੜਾ ਮਨ ਮਾਇਆ ਦੇ ਨਾਲ ਮੋਹ ਕਰਨ ਵਾਲਾ ਸੀਗਾ, ਹੁਣ ਉਹ ਉਜੜ ਗਿਆ, ਉਹ ਨਾਸ਼ ਹੋ ਗਿਆ। ਤੇ ਫਿਰ ਭਗਤ ਕਬੀਰ ਜੀ ਕਹਿੰਦੇ ਨੇ, ਬਿਟਵੈ ਰਾਮ ਰਮਊਆ ਲਾਵਾ। ਹੁਣ ਮੇਰੇ ਅਜਾਨ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲੱਗ ਗਈ। ਬਿਟਵੈ, ਬਿਟਵੈ ਦਾ ਅਰਥ ਹੈ ਅਣਜਾਣ ਮਨ, ਅਣਜਾਣ ਬੇਟਾ। ਮਨ ਜਿਹੜਾ ਅਣਜਾਣ ਬੇਟਾ ਸੀਗਾ, ਉਹ ਹੁਣ ਪਰਮੇਸ਼ਰ ਰਾਮ ਦੇ ਸਿਮਰਨ ਦੇ ਵਿੱਚ ਲੱਗ ਗਿਆ। ਤੇ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਇਸ ਮਨ ਨੂੰ ਜਿਹੜਾ ਹੈ ਉਹ ਬਾਲਕ ਆਖਿਆ। ਹਿੰਡੋਲ ਦੇ ਵਿੱਚ ਆਖਦੇ ਨੇ, ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਇਹ ਮਨ ਜਿਹੜਾ ਅਸਲ ਦੇ ਵਿੱਚ ਇਹ ਸਰੀਰ ਦਾ ਰਾਜਾ ਸੀ, ਪਰ ਬਾਲਕ ਸੀ, ਅਣਜਾਣ ਸੀ। ਤੇ ਫਿਰ ਸਤਿਗੁਰ ਮਹਾਰਾਜ ਕਹਿੰਦੇ ਨੇ, ਦੁਸ਼ਟਾਂ ਦੇ ਨਾਲ ਪਿਆਰ ਇਹ ਪਾ ਕੇ ਰੱਖਦਾ ਸੀ, ਹੁਣ ਉਹਦੇ ਵਿੱਚ ਤਬਦੀਲੀ ਆ ਗਈ। ਕਿਉਂਕਿ ਅਿਆਣਾ ਮਨੁੱਖ ਜਿਹੜਾ ਹੈ ਨਾ, ਉਹ ਅਿਆਣਾ ਮਨੁੱਖ ਜੇ ਕੋਈ ਇੱਕ ਅੱਧਾ ਕੰਮ ਚੰਗਾ ਵੀ ਕਰ ਦੇਵੇ, ਪਰਤ ਕੇ ਕੋਈ ਨਾ ਕੋਈ ਉਹਦੇ ਵਿੱਚ ਵਿਗਾੜ ਭਾਵ ਉਹ ਮਾੜਾ ਕੰਮ ਕਰ ਦਿੰਦਾ ਗਲਤੀ ਦੇ ਨਾਲ, ਕਿਉਂਕਿ ਅਣਜਾਣਾ ਹੈ। ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਇਸ ਸੰਬੰਧੀ ਸਾਡੀ ਅਗਵਾਈ ਕਰਦੇ ਨੇ, ਹੋਏ ਅਿਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀ ਬੈ ਰਾਸ। ਇਹ ਮਨ ਅਣਜਾਣ ਜਿਹੜਾ ਜੇ ਆਣ ਹੈ,
ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤਾਇਆ ਕਮਲੇ ਹੰਸ ਇਆਣਾ ਮੇਰੀ ਮੇਰੀ ਕਰਤ ਵਿਹਾਨਤਾ। ਸਤਿਗੁਰੂ ਕਹਿੰਦੇ ਨੇ ਇਹ ਕਾਇਆ ਜਿਹੜੀ ਕਮਲੀ ਹੈ ਹੰਸ ਇਆਣਾ ਹੈ ਇਹਦੇ ਵਿੱਚ ਵਸਦਾ ਹੋਇਆ ਮੇਰੀ ਮੇਰੀ ਕਰਤ ਵਿਹਾਨਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪ੍ਰਣਵਤ ਨਾਨਕ ਨਾਂਗੀ ਦਾਜੇ ਫਿਰ ਪਾਸੇ ਪਸ਼ੂਤਾਨਤਾ। ਕਹਿੰਦੇ ਨੇ ਵੀ ਇਹ ਹਿਰਦਾ ਅਣਜਾਣ ਜਿਹੜਾ ਹੈ ਇਹ ਜੀਵ ਅਣਜਾਣ ਬਣਿਆ ਹੋਇਆ ਤੇ ਆਪਣੀ ਸਾਰੀ ਉਮਰ ਦੇ ਅੰਦਰ ਧਨ ਇਕੱਠਾ ਕਰਦਾ ਹੈ ਤੇ ਫਿਰ ਹੁੰਦਾ ਕੀ ਹੈ ਪ੍ਰਣਵਤ ਨਾਨਕ ਨਾਂਗੀ ਦਾਜੇ ਇਹ ਜਦੋਂ ਸੜ ਜਾਂਦਾ ਹੈ ਤੇ ਉਸ ਵਕਤ ਇਹ ਫਿਰ ਪਛਤਾਉਂਦਾ ਹੈ ਇਹ ਫਿਰ ਪਛਤਾਵੇ ਦੇ ਵਿੱਚ ਆਉਂਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਅਣਜਾਣ ਮਨੁੱਖ ਨੂੰ ਜਿਹੜਾ ਹੈ ਉਹ ਕੇਵਲ ਤੇ ਕੇਵਲ ਸਤ ਸੰਗਤ ਆਰਾਮ ਦੇ ਨਾਲ ਪਰਮੇਸ਼ਰ ਦੇ ਨਾਲ ਇਹ ਜੋੜ ਦਿੰਦੀ ਆ ਕਿਉਂਕਿ ਸੰਗਤ ਜਿਹੜੀ ਹੈ ਉਹ ਗੁਣਾਂ ਨੂੰ ਇਕੱਠਿਆਂ ਕਰ ਦਿੰਦੀ ਹੈ ਔਗੁਣਾਂ ਨੂੰ ਦੂਰ ਕਰ ਦਿੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉੱਤਮ ਸੰਗਤ ਉੱਤਮ ਹੋਵੇ ਗੁਣ ਕੋ ਧਾਵੇ ਅਵਗੁਣ ਧੋਵੇ ਅਵਗੁਣ ਧੋ ਦਿੰਦੀ ਹੈ ਤੇ ਗੁਣਾਂ ਨੂੰ ਜਿਹੜਾ ਹੈ ਉਹ ਇਕੱਠਾ ਕਰ ਦਿੰਦੀ ਹੈ। ਭਾਈ ਗੁਰਦਾਸ ਜੀ ਵੀ ਇਸ ਸੰਬੰਧੀ ਕਹਿੰਦੇ ਨੇ ਚੰਦਨ ਵਾਸ ਬਣਸ ਪਤ ਸਭ ਚੰਦਨ ਹੋਵੇ ਅਸ਼ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ ਨਦੀਆਂ ਨਾਲੇ ਬਾਹੜੇ ਮਿਲ ਗੰਗ ਗੰਗੋਵੈ ਪਤਤ ਉਦਾਰਨ ਸਾਧ ਸੰਗ ਪਾਪਾ ਮਲ ਧੋਵੈ ਨਰਕ ਨਿਵਾਰ ਅਸੰਖ ਹੋਏ ਲਖ ਪਤਤ ਸੰਗੋਵੈ ਆਪੇ ਆਪ ਵਰਤਦਾ ਗੁਰਮੁਖ ਆਲੋਵੈ। ਭਾਈ ਗੁਰਦਾਸ ਜੀ ਕਹਿੰਦੇ ਨੇ ਚੰਦਨ ਵਾਸ ਬਨਸਪਤ ਸਭ ਚੰਦਨ ਹੋਵੇ ਭਾਵੇਂ ਕਿ ਭਗਤ ਕਬੀਰ ਜੀ ਦਾ ਇਸੇ ਉਦਾਹਰਣਾਂ ਦਾ ਆਪਾਂ ਪਹਿਲਾਂ ਸ਼ਬਦ ਵਿਚਾਰ ਲਿਆ ਹੈ ਭਾਈ ਗੁਰਦਾਸ ਜੀ ਵੀ ਉਹ ਸਾਰਾ ਹੀ ਦ੍ਰਿਸ਼ਟਾਂਤ ਕਹਿੰਦੇ ਨੇ ਵੀ ਚੰਦਨ ਬਨਸਪਤੀ ਨੂੰ ਆਪਣਾ ਰੂਪ ਦੇ ਦਿੰਦਾ ਹੈ ਧਾਤਾਂ ਜਿਹੜੀਆਂ ਨੇ ਪਾਰਸ ਦੇ ਨਾਲ ਮਿਲ ਕੇ ਤਬਦੀਲ ਹੋ ਜਾਂਦੀਆਂ ਨੇ ਨਦੀਆਂ ਨਾਲੇ ਗੰਗਾ ਦੇ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦੇ ਨੇ ਇਸੇ ਤਰ੍ਹਾਂ ਪਤਿਤ ਮਨੁੱਖ ਜਿਹੜਾ ਹੈ ਭੈੜੇ ਕਰਮ ਕਰਨ ਵਾਲਾ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਵੀ ਉਹਦਾ ਉਦਾਹਰਣ ਹੋ ਜਾਂਦਾ ਹੈ ਤੇ ਉਹ ਫਿਰ ਪਾਪ ਕਰਮ ਜਿਹੜੇ ਨੇ ਉਹਦੇ ਧੋਤੇ ਜਾਂਦੇ ਨੇ ਤੇ ਉਹ ਚੰਗਾ ਹੋ ਜਾਂਦਾ ਹੈ ਭਾਵ ਚੰਗੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਸੋ ਰਹਾਉ ਵਾਲਾ ਬੰਧ ਜਿਹੜਾ ਹੈ ਉਹਦਾ ਨਿਚੋੜ ਕੇਂਦਰੀ ਭਾਵ ਇਹ ਹੈ ਭਗਤ ਕਬੀਰ ਜੀ ਜੋ ਕਹਿੰਦੇ ਨੇ ਵੀ ਮੇਰਾ ਮਨ ਜਿਹੜਾ ਸੀ ਪਹਿਲਾਂ ਭੈੜੀ ਬਿਰਤੀ ਵਾਲਾ ਕਿਉਂਕਿ ਪਹਿਲੇ ਬੰਦ ਵਿੱਚ ਹੁਣ ਭਗਤ ਕਬੀਰ ਜੀ ਕਹਿੰਦੇ ਨੇ ਮੇਰੀ ਬਹਰੀਆ ਕੋ ਧਨੀਆ ਨਾਓ ਵੀ ਜਿਹੜੀ ਮੇਰੀ ਮੱਤ ਸੀ ਜਿਹੜੀ ਹਮੇਸ਼ਾ ਲੋਭ ਵਿਕਾਰ ਦੇ ਵਿੱਚ ਬਿਰਤੀ ਇਹੋ ਜਿਹੀ ਸੀ ਵੀ ਲਾਲਚ ਦੇ ਕਾਰਨ ਇਕੱਠਾ ਕਰਨਾ ਧਨ ਤੇ ਉਹ ਧਨ ਇਕੱਠਾ ਕਰਨ ਦੇ ਕਾਰਨ ਜਿਹੜਾ ਸੀ ਉਹ ਮੇਰੀ ਬਿਰਤੀ ਜਿਹੜੀ ਸੀ ਰਹਾਉ ਵਾਲੇ ਬੰਦ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ ਉਹ ਖਤਮ ਹੋ ਗਈ ਉਹ ਨਾਸ਼ ਹੋ ਗਈ ਤੇ ਹੁਣ ਮੇਰਾ ਅਣਜਾਣ ਮਨ ਜਿਹੜਾ ਸੀਗਾ ਉਹ ਪਰਮੇਸ਼ਰ ਦੇ ਨਾਲ ਜੁੜ ਗਿਆ ਪਰਮੇਸ਼ਰ ਦੇ ਗੁਣ ਜਿਹੜਾ ਹੈ ਉਹ ਗੁਣ ਲੱਗ ਪਿਆ। ਹੁਣ ਪਹਿਲੇ ਬੰਦ ਵਿੱਚ ਉਹ ਪਹਿਲੀ ਬਿਰਤੀ ਵਾਲਾ ਜ਼ਿਕਰ ਜਿਹੜਾ ਹੈ ਉਹ ਭਗਤ ਕਬੀਰ ਜੀ ਸਾਡੇ ਸਨਮੁਖ ਰੱਖਦੇ ਨੇ ਮੇਰੀ ਬਹਰੀਆ ਕੋ ਧਨੀਆ ਨਾਓ ਭਗਤ ਕਬੀਰ ਜੀ ਕਹਿੰਦੇ ਨੇ ਮੇਰੀ ਜਿਹੜੀ ਵਿਕਾਰਾਂ ਵਾਲੀ ਮੱਤ ਸੀ ਬਹਰੀਆ ਦਾ ਅੱਖਰੀ ਅਰਥ ਜਿਹੜਾ ਹੁੰਦਾ ਹੈ ਉਹ ਅਣਜਾਣ ਬਹੁਤੀ ਹੁੰਦਾ ਹੈ ਪਰ ਇੱਥੇ ਅੰਤਰੀਮ ਭਾਵ ਜਿਹੜਾ ਹੈ ਉਹ ਜਿੰਦ ਰੂਪੀ ਬਹੁਤੀ ਭਾਵ ਜਿਹੜੀ ਹਮੇਸ਼ਾ ਧਨ ਇਕੱਠਾ ਕਰਨ ਦੇ ਵਿੱਚ ਜੁੜੀ ਰਹਿੰਦੀ ਸੀ ਮੇਰੀ ਜਿੰਦੜੀ ਰੂਪ ਬਹੁਤੀ ਪਹਿਲਾਂ ਧਨ ਨੂੰ ਬੜਾ ਪਿਆਰ ਕਰਦੀ ਸੀ ਧਨ ਦੇ ਵਿੱਚ ਖਰਚ ਰਹਿੰਦੀ ਸੀ ਉਸਨੂੰ ਇਕੱਠਾ ਕਰਨ ਦੇ ਵਿੱਚ ਰਹਿੰਦੀ ਸੀ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਇਸੇ ਹੀ ਸ਼ਬਦ ਤੋਂ ਅਗਲਾ ਸ਼ਬਦ ਜਿਹੜਾ ਭਗਤ ਕਬੀਰ ਜੀ ਦਾ ਹੈ ਉਹਦੇ ਵਿੱਚ ਭਗਤ ਕਬੀਰ ਜੀ ਫਿਰ ਸਪਸ਼ਟ ਕਰ ਦਿੰਦੇ ਨੇ ਕਹਿੰਦੇ ਨੇ ਕਿ ਇਹ ਜਿਹੜਾ ਧਨ ਬਿਰਤੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ ਨਾ ਉਹ ਫਿਰ ਤੇਰੇ ਕੰਮ ਕਿਸੇ ਨਹੀਂ ਆਉਣਾ ਰਹੋ ਰਹੇ ਰਹੋ ਰਹੋ ਦੀ ਬਹਰੀਆ ਘੁੰਗਟ ਜਿਨ ਕਾਢੇ ਅੰਤ ਕੀ ਵਾਰ ਲਹੇਂਗੀ ਨਾ ਕਾਂਢੇ ਕਹਿਣ ਲੱਗੇ ਵੀ ਅੰਤ ਦੇ ਸਮੇਂ ਇਹ ਤੇਰੇ ਸਾਥ ਨਹੀਂ ਹੋਣੇ ਜਿਹੜੇ
यह विरति धन इकट्ठे करन दे विच लगी हुई है, क्योंकि मनुख सारी उम्र जिहड़ा है वह लालच के अधीन अपने मन नूं विकारां वाले पासे ला करके धन इकट्ठा करन दे विच लगा दिंदा है। भी किसी ना किसी तरह यह लालच विरति दे मैं पूर्ति कर सकां, धन इकट्ठा कर सकां। पर सतगुरु महाराज कहिंदे ने कि इहो जिहा हालात मनुख दी हुंदी है, कर कर अनरथ विहाजी संपै सोयना रूपा दामा, पहाड़ी को पहाड़ा मिलिया होर सगल भयो बेराना। सतगुरु जी कहिंदे ने कर अनरथ वी धक्के दे नाल मनुख पाप कर्म करदा करदा विहाजी कठी कीती संपै सोयना रूपा दामा, सोयना चांदी धन इकट्ठा किया। पर साहब कहते ने पहाड़ी को पहाड़ा मिलिया होर सगल भयो बेराना, पर जो तू इकट्ठा करन दे विच अपनी शक्ति खचत कीती भज दौड़ कीती उहदा पहाड़ा की मिलिया कि तैनूं खाण वास्ते सगल पदार्थ जिहड़े सन उह मिल गए, पर अखीर समय उह सारा इकट्ठा कीता होया धन पदार्थ इत्थे रह जाणा बेगाना हो जाणा है। ते साहब कहिंदे ने हैवर गैवर रथ संभाए गौ कर कीने मेरे जब ते होई लंबी ताई चलै नाही इक पैरे। साहब कहिंदे ने हैवर गैवर घोड़े हाथी जिहड़े रथां दे अगे बन्ने होए ओह इकट्ठे करदा रहा, पर कहिण लगे जदों साथ देण दी गल सी उदों उन्होंने तेरा एक भी पैर जिहड़ा सी नाल साथ नहीं दिता, भाव एक भी पैर तेरे नाल वो चले नहीं, तेनू साथ छड के जिहड़ा है एक पासे हो गया। इस लालच की विरति का जिहड़ा धन इकट्ठा करदी है उहदा जिक्र भगत कबीर जी बसंत राग के अंदर भी साढ़े सन्मुख एक उदाहरण दे के रखते ने। भगत कबीर जी कहते ने भी मैं एक कुकर नूं कुत्ते नूं वेखिया, वह कुत्ते दी जिहड़ी विरती सी लालच दे अधीन होई, उन्हें पहला पदार्थ छके रोटी छकी, रोटी छकण तो बाद आम तौर पर पिंडा दे विच पुराने समय दे विच दाने पीण वास्ते चक्की होया करदी सी, वह चक्की दे उपर कुछ आटा रह जांदा सी। ते भगत कबीर जी कहने लगे पहला उन्हें पदार्थ छके रोटी पानी छकिया, परत के उस चक्की का जिहड़ा सी उहनूं उहने चटिया, चटण तो बाद भी उहदी उह विरती जिहड़ी सी उह पूरी नहीं हुई, उहदी विरती खत्म नहीं हुई, उह लालच दे अधीन होया। अखीर उस चक्की नूं साफ करन वाला जिहड़ा कपड़ा सी उहदे नाल भी कुछ आटा लगा होया सी ते उह कपड़ा भी चुक के जिहड़ा सी उह लै गया। भगत कबीर जी कहिंदे ने सुर है कि जैसे तेरी चाल, कहने लगे ऐ कुत्ते लालच दे अधीन होए तेरी चाल जिहड़ी है उह बड़ी शरीफां वाली है, सुर है भाव गां वर्गी तेरी चाल है, क्योंकि गां नूं शरीफ मन्निया गया। ते कहने लगे तेरे पुंछक उपर चमक बाल, तेरी पूछ दे उत्ते चमकदे हुए बाल ने, इस घर में सो तू ढूंढ खाए और किसी की तू मत ही जाए, चाकी चाटे चून खाए, चक्की नू चटदा है ते पदार्थ खांदा आटा खांदा है, चाकी का चीथरा कहां ले जाए। कहन लगे भी इन्ने पदार्थ खा के भी जे तेरी वो बिरती खत्म नहीं हुई, लालच दे अधीन होया तू उस कपड़े नूं भी चुक के लै गया, ते कहन लगे इहदा भी तेनू कुछ प्राप्त नहीं जे होना। यह जिहड़ी बिरती सी भगत कबीर जी ने लालच वाली, वह लालच वाली बिरती जिहड़ी सी वह साडे सन्मुख रखी भी यह बिरती जिहड़ी सी वह मेरी पहली सी जिहड़ी जन्म लैण दे नाल मेरे अंदर सी, मेरी बहरिया को धनिया नाओ, भी यह मेरी मत बहुटी रूपी जिहड़ी सी धन इकट्ठा करन दे विच जिहड़ी जुड़ी हुई सी, हुण होया कि लै राखियो राम जनिया नाओ,
ਕਹਿਣ ਲੱਗੇ ਵੀ ਹੁਣ ਉਹਦਾ ਨਾਮ ਜਿਹੜਾ ਸੀ ਉਹ ਰਾਮ ਜਨੀਆ ਬਣ ਗਿਆ ਕਿਉਂਕਿ ਮੈਂ ਸਤਸੰਗਤ ਦੇ ਵਿੱਚ ਆ ਗਿਆ ਤੇ ਹੁਣ ਉਹ ਮੇਰੀ ਬਿਰਤੀ ਜਿਹੜੀ ਸੀ ਉਹ ਰਾਮ ਜਨੀਆ ਰਾਮ ਦੀ ਦਾਸੀ ਬਣ ਗਈ। ਅਸਲ ਦੇ ਵਿੱਚ ਰਾਮ ਜਨੀਆ ਸ਼ਬਦ ਜਿਹੜਾ ਹੈ ਉਹ ਰਾਮ ਦੀ ਦਾਸੀ ਜੇ ਉਹਦੇ ਪਿੱਛੇ ਇੱਕ ਸਾਖੀ ਜਾਂ ਕਹਿ ਦਿਓ ਉਸ ਵਕਤ ਪ੍ਰਚਲਿਤ ਕਰ ਦਿੱਤੀ ਲੋਕਾਂ ਨੇ ਉਹ ਇਹ ਸੀ ਵੀ ਭਗਤ ਕਬੀਰ ਜੀ ਜਿਹੜੇ ਘਰ ਦੇ ਵਿੱਚ ਰਹਿੰਦੇ ਹੋਏ ਕਿਉਂਕਿ ਇਹ ਸਾਖੀ ਇਵੇਂ ਉਹਨਾਂ ਦੀ ਮਾਂ ਵੱਲੋਂ ਜਿਹੜੀ ਸੀ ਉਹ ਪ੍ਰਚਾਰੀ ਗਈ ਜੋ ਇਹਦੀ ਉਥਾਨਕਾ ਦੇ ਵਿੱਚ ਕੁਝ ਟੀਕਾਕਾਰਾਂ ਨੇ ਲਿਖ ਦਿੱਤੀ ਵੀ ਭਗਤ ਕਬੀਰ ਜੀ ਦੀ ਮਾਂ ਜਿਹੜੀ ਸੀ ਉਹ ਆਖ ਰਹੀ ਹੈ ਵੀ ਮੇਰੀ ਵਹੁਟੀ ਜਿਹੜੀ ਆ ਉਹਦਾ ਨਾਮ ਤੇ ਧਨੀਆ ਸੀ ਪਰ ਹੁਣ ਭਗਤ ਕਬੀਰ ਜੀ ਭਾਵ ਮੇਰੇ ਪੁੱਤ ਕਬੀਰ ਦੇ ਘਰ ਸਤਸੰਗੀ ਆਉਂਦੇ ਨੇ ਤੇ ਉਹਨਾਂ ਨੇ ਉਹਦਾ ਨਾਮ ਰਾਮ ਜਨੀਆ ਰੱਖ ਦਿੱਤਾ ਕਿਉਂਕਿ ਉਹ ਉਹਨਾਂ ਦੀ ਸੇਵਾ ਕਰਦੀ ਸੀ। ਅਸਲ ਦੇ ਵਿੱਚ ਇਹ ਉਹ ਲਫ਼ਜ਼ ਮਾਂ ਦੇ ਨਹੀਂ ਆ, ਇਹ ਲਫ਼ਜ਼ ਤੇ ਕੇਵਲ ਭਗਤ ਕਬੀਰ ਜੀ ਦੇ ਨੇ ਕਿਉਂਕਿ ਭਗਤ ਕਬੀਰ ਜੀ ਉਹਨਾਂ ਦੀ ਵਹੁਟੀ ਜਿਹੜੀ ਹੈ ਉਹ ਆਪਣੀ ਘਰਵਾਲੀ ਨੂੰ ਕਹਿ ਸਕਦੇ ਨੇ। ਜੇ ਉਹ ਉਹਨਾਂ ਦੀ ਮਾਂ ਕਹਿੰਦੀ ਤੇ ਉਹ ਆਪਣੀ ਉਸ ਭਗਤ ਕਬੀਰ ਜੀ ਦੀ ਵਹੁਟੀ ਨੂੰ ਜਿਹੜਾ ਸੀ ਉਹ ਨੂੰ ਆਖਦੀ, ਪਰ ਇੱਥੇ ਵਹੁਟੀ ਆਖਿਆ ਤੇ ਵਹੁਟੀ ਤੇ ਭਗਤ ਕਬੀਰ ਜੀ ਆਖ ਸਕਦੇ ਨੇ। ਸੋ ਇਹ ਉਹਨਾਂ ਦੀ ਜਿਹੜੀ ਗੱਲ ਪ੍ਰਚਲਿਤ ਕੀਤੀ ਸੀ ਉਹ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪੂਰੀ ਨਹੀਂ ਉਤਰਦੀ। ਕੇਵਲ ਭਗਤ ਕਬੀਰ ਜੀ ਆਪਣੀ ਮਤ ਨੂੰ ਆਖਦੇ ਨੇ ਵੀ ਜਿਹੜੀ ਮੇਰੀ ਮਤ ਧਨ ਦੇ ਵਿੱਚ ਜੁੜੀ ਹੋਈ ਸੀ ਉਹ ਸਤਸੰਗਤ ਦੇ ਵਿੱਚ ਆਉਣ ਦੇ ਨਾਲ ਉਹ ਬਦਲ ਗਈ, ਹੁਣ ਉਹਦਾ ਨਾਮ ਜਿਹੜਾ ਸੀਗਾ ਉਹ ਰਾਮ ਜਨੀਆ ਬਣ ਗਿਆ ਕਿਉਂਕਿ ਰਾਮ ਜਨੀਆ ਸ਼ਬਦ ਜਿਹੜਾ ਹੈ ਰਾਮ ਦੀ ਦਾਸੀ ਜਿਹੜਾ ਹੈ ਉਹ ਪੁਰਾਣੇ ਸਮੇਂ ਦੇ ਵਿੱਚ ਪ੍ਰਚਲਿਤ ਕੀਤਾ ਗਿਆ। ਰਾਮ ਜਨੀਆ ਦੇਵਦਾਸੀ ਉਹ ਪੁਰਾਣੇ ਸਮੇਂ ਦੇ ਵਿੱਚ ਇਹ ਸ਼ਬਦ ਜਿਹੜੇ ਪ੍ਰਚਲਿਤ ਉਦੋਂ ਹੋਏ ਜਦੋਂ ਸਮੇਂ ਦੇ ਪੁਜਾਰੀ ਨੇ ਪਦਾਰਥਾਂ ਦੇ ਭੋਗ ਭੋਗਦਿਆਂ ਹੋਇਆਂ ਆਪਣੇ ਸ਼ਰਧਾਲੂਆਂ ਦੇ ਅੰਦਰ ਆਪਣੇ ਜਜਮਾਨਾਂ ਦੇ ਅੰਦਰ ਇਹ ਗੱਲ ਵੀ ਪ੍ਰਚਲਿਤ ਕਰ ਦਿੱਤੀ ਵੀ ਤੁਸੀਂ ਜਿਹੜਾ ਹੈ ਉਹ ਆਪਣੀਆਂ ਧੀਆਂ ਨੂੰ ਠਾਕੁਰ ਦੇ ਨਾਲ ਵਿਆਹ ਦਿਓ ਤੇ ਉਹ ਲੋਕ ਉਹਨਾਂ ਦੇ ਝਾਂਸੇ ਦੇ ਵਿੱਚ ਆ ਕਰਕੇ ਆਪਣੀਆਂ ਜਵਾਨ ਧੀਆਂ ਨੂੰ ਉਸ ਵਕਤ ਦੇਵਤਿਆਂ ਦੇ ਨਾਲ ਭਾਵ ਜਿਹੜੇ ਮੂਰਤੀਆਂ ਸਨ ਉਹਨਾਂ ਦੇ ਨਾਲ ਵਿਆਹ ਦਿੰਦੇ ਸਨ ਤੇ ਉਹਨਾਂ ਨੂੰ ਦੇਵਦਾਸੀਆਂ ਰਾਮ ਜਨੀਆਂ ਇਹ ਗੱਲ ਸ਼ਬਦ ਉਸ ਵਕਤ ਪ੍ਰਚਲਿਤ ਹੋ ਗਏ ਸਨ। ਅਸਲ ਦੇ ਵਿੱਚ ਇੱਥੇ ਜਿਹੜਾ ਰਾਮ ਜਨੀਆਂ ਸ਼ਬਦ ਆਇਆ ਉਹ ਹੈ ਪਰਮਾਤਮਾ ਦੀ ਭਗਤਨੀ, ਔਰ ਪਰਮਾਤਮਾ ਦੀ ਭਗਤਨੀ ਕੋਈ ਸਰੀਰਕ ਤੌਰ ਤੇ ਨਹੀਂ। ਇੱਥੇ ਭਗਤ ਕਬੀਰ ਜੀ ਨੇ ਆਪਣੀ ਮਤ ਨੂੰ ਜਿਹੜਾ ਹੈ ਉਹ ਕਿਹਾ ਵੀ ਜਿਹੜੀ ਮੇਰੀ ਮਤ ਪਹਿਲਾਂ ਧਨ ਦੇ ਵਿੱਚ ਜੁੜੀ ਹੋਈ ਸੀ ਹੁਣ ਉਹ ਮੇਰੀ ਮਤ ਜਿਹੜੀ ਸੀ ਪਰਮਾਤਮਾ ਦੀ ਭਗਤਨੀ ਬਣ ਗਈ, ਇਹ ਤਬਦੀਲੀ ਆ ਗਈ। ਤੇ ਅਖੀਰਲੇ ਬੰਦ ਦੇ ਵਿੱਚ ਭਗਤ ਕਬੀਰ ਜੀ ਆਖਦੇ ਨੇ ਕਹਿਤ ਕਬੀਰ ਸੁਣੋ ਮੇਰੀ ਮਾਈ ਇਨ ਮੁੰਡੀਆਂ ਮੇਰੀ ਜਾਤ ਗਵਾਈ। ਭਗਤ ਕਬੀਰ ਜੀ ਕਹਿੰਦੇ ਨੇ ਸੁਣੋ ਮੇਰੀ ਮਾਈ, ਐ ਮੇਰੀ ਮਾਈ ਸੁਣ, ਇਨ ਮੁੰਡੀਆਂ ਇਹਨਾਂ ਸੱਤ ਸੰਗੀਆਂ ਨੇ ਜਿਹੜੀ ਹੈ ਉਹ ਮੇਰੀ ਜਾਤ ਜਿਹੜੀ ਹੈ ਉਹ ਗਵਾ ਦਿੱਤੀ, ਮੇਰੀ ਜਾਤ ਖਤਮ ਕਰ ਦਿੱਤੀ। ਭਾਵ ਜਿਹੜੇ ਲੋਕ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਪੁਕਾਰਦੇ ਸਨ, ਛੋਟੀ ਜਾਤ ਜਿਹੜੀ ਸੀਗੀ ਉਹ ਕਹਿ ਕਹਿ ਕੇ ਮੈਨੂੰ ਪੁਕਾਰਦੇ ਸਨ, ਉਹ ਮੇਰੀ ਛੋਟੀ ਜਾਤ ਜਿਹੜੀ ਸੀ ਉਹ ਖਤਮ ਹੋ ਗਈ। ਭਾਵ ਮੇਰੇ ਅੰਦਰੋਂ ਜਿਹੜੀ ਹੈ ਭੈੜੀ ਬਿਰਤੀ ਖਤਮ ਹੋ ਗਈ, ਨੀਚ ਜਾਤ ਖਤਮ ਹੋ ਗਈ ਤੇ ਹੁਣ ਜਿਹੜੇ ਸਨ ਉਹ ਮੇਰੀ ਚੰਗੇ ਗੁਣਾਂ ਦੇ ਕਾਰਨ ਮੈਂ ਉੱਚਾ ਹੋ ਗਿਆ। ਅਖਰੀ ਅਰਥ ਜਦੋਂ ਅਸੀਂ ਇਸ ਅਖੀਰਲੀ ਤੁਕਾਂ ਦੇ ਕਰਦੇ ਹਾਂ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਜੀ ਆਖਦੇ ਨੇ ਹੇ ਮੇਰੀ ਮਾਂ ਸੁਣ, ਇਹਨਾਂ ਸਤਸੰਗੀਆਂ ਨੇ ਮੇਰੀ ਨੀਵੀਂ ਜਾਤ ਮੁਕਾ ਦਿੱਤੀ ਹੈ, ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ, ਜਿਹੜਾ ਹੈ ਸਲੂਕ ਨਹੀਂ ਮੇਰੇ ਨਾਲ ਕਰਦੇ, ਵਰਤਾਓ ਮੇਰਾ ਇਹੋ ਜਿਹਾ ਨਹੀਂ ਕਰਦੇ। ਤੇ ਖਿਆਲ ਕਰਨਾ ਇਹ ਕੇਵਲ ਤੇ ਕੇਵਲ ਸਤਸੰਗਤ ਦੇ ਵਿੱਚ ਜਾਣ ਦਾ ਜਿਹੜਾ ਹੈ ਉਹ ਅਸਰ ਹੁੰਦਾ ਹੈ। ਸਤਸੰਗਤ ਭੈੜੇ ਗੁਣ ਖਤਮ ਕਰਕੇ
ਤੇ ਮਨੁੱਖ ਨੂੰ ਚੰਗੇ ਗੁਣ ਪ੍ਰਦਾਨ ਕਰ ਦਿੰਦੀ ਹੈ। ਤੇ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਸ਼੍ਰੀ ਰਾਗ ਦੇ ਅੰਦਰ ਵੀ ਸਾਡੀ ਅਗਵਾਈ ਕਰਦੇ ਨੇ, ਉਦਾਹਰਨਾਂ ਦਿੰਦੇ ਨੇ ਭਗਤਾਂ ਦੀ। ਕਹਿੰਦੇ ਨੇ ਨਾਮਾ ਛੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗੱਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੋ ਮੈਂ ਜਾਤ ਗਵਾਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਹਨਾਂ ਭਗਤਾਂ ਦੀ ਗੱਲ, ਨਾਮਦੇਵ ਛੀਂਬਾ ਜਿਹੜਾ ਸੀ ਕਬੀਰ ਜੁਲਾਹਾ ਸੀ, ਔਰ ਛੀਂਬਾ ਜੁਲਾਹਾ ਉਸ ਵਕਤ ਲੋਕ ਜਿਹੜੇ ਸਨ ਉੱਚੀ ਜਾਤੀ ਵਾਲੇ ਇਹਨਾਂ ਨੂੰ ਨੀਵੀਆਂ ਜਾਤਾਂ ਦੇ ਮੰਨਦੇ ਸਨ। ਪਰ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪੂਰੇ ਗੁਰ ਤੇ ਗੱਤ ਪਾਈ, ਪੂਰਾ ਗੁਰੂ ਪ੍ਰਾਪਤ ਹੋ ਗਿਆ ਤੇ ਇਹਨਾਂ ਨੇ ਉੱਚੀ ਅਵਸਥਾ ਪ੍ਰਾਪਤ ਕਰ ਲਈ। ਬ੍ਰਹਮ ਕੇ ਬਿਰਤੇ ਇਹਨਾਂ ਨੇ ਪਰਮੇਸ਼ਰ ਨੂੰ ਪਛਾਣ ਲਿਆ, ਸ਼ਬਦ ਪਛਾਣੇ ਹਉਮੈ ਜਾਤ ਗਵਾਈ, ਇਹਨਾਂ ਨੇ ਹਉਮੈ ਰੂਪੀ ਜਾਤ ਜਿਹੜੀ ਸੀ ਉਹ ਆਪਣੀ ਗਵਾ ਲਈ, ਭਾਵ ਖਤਮ ਕਰ ਲਈ। ਤੇ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਤਬਦੀਲੀ ਜਿਹੜੀ ਨੀਵੇਂ ਤੋਂ ਉੱਪਰ ਤੱਕ ਪਹੁੰਚ ਗਈ ਉਹਦਾ ਅਸਰ ਕੀ ਹੋਇਆ। ਧੰਨ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਲਾਲੇ ਆਪਣੀ ਜਾਤ ਗਵਾਈ, ਕਹਿਣ ਲੱਗੇ ਗੁਲਾਮ ਨੇ ਜਿਹੜਾ ਸੀ, ਕਿਉਂਕਿ ਗੁਲਾਮ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ, ਸਾਰਾ ਕੁਝ ਆਪਣਾ ਆਪਣੇ ਇਸ਼ਟ ਨੂੰ ਜਿਹੜਾ ਹੈ ਜਿਹੜਾ ਸਮਰਪਿਤ ਕਰਦਾ ਹੈ, ਉਹ ਭਾਵੇਂ ਦੁਨਿਆਵੀ ਤੌਰ ਤੇ ਭਾਵੇਂ ਅਧਿਆਤਮਿਕ ਤੌਰ ਤੇ ਉਹ ਗੁਲਾਮ ਹੋ ਜਾਂਦਾ। ਕਹਿਣ ਲੱਗੇ ਲਾਲੇ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸ਼ਰਨਾਈ ਹਿਰਦੇ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੁਇ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਦਰੈ। ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜਦੋਂ ਸਭ ਕੁਝ ਅਰਪਣ ਕਰ ਦਿੱਤਾ, ਤਨ ਮਨ ਅਰਪਣ ਕਰ ਦਿੱਤਾ, ਤੇ ਫਿਰ ਹੋਇਆ ਕਿ ਉਹ ਲਾਲਾ ਭਾਵ ਉਹ ਗੁਲਾਮ ਜਿਉਂਦਿਆਂ ਹੀ ਮਰ ਗਿਆ। ਜਿਉਂਦਿਆਂ ਦਾ ਮਰਨ ਦਾ ਮਤਲਬ ਵੀ ਆਪਣਾ ਸਭ ਕੁਝ ਹਉਮੈ ਹੰਕਾਰ ਜਿਹੜਾ ਸੀ ਉਹ ਗੁਰੂ ਨੂੰ ਅਰਪਣ ਕਰ ਦਿੱਤਾ, ਪਰਮੇਸ਼ਰ ਨੂੰ ਕਰ ਦਿੱਤਾ, ਉਹ ਸਾਰਿਆਂ ਕੁਝ ਉਹਦੇ ਅੰਦਰੋਂ ਮਰ ਗਿਆ। ਹੁਣ ਉਹਦੀ ਅਵਸਥਾ ਕਿਹੋ ਜਿਹੀ ਹੋ ਗਈ, ਸੋਗ ਹਰਖ ਦੁਇ ਸਮ ਕਰ ਜਾਣ, ਉਹ ਖੁਸ਼ੀ ਖੇੜੇ ਦੁੱਖ ਸੁੱਖ ਜਿਹੜੇ ਸਨ, ਸੋਗ ਹਰਖ ਜਿਹੜੇ ਭਾਵ ਦੁੱਖ ਤੇ ਸੁੱਖ, ਉਹ ਦੋਵਾਂ ਨੂੰ ਇੱਕ ਬਰਾਬਰ ਜਾਣ ਲੱਗ ਪਿਆ। ਗੁਰ ਪ੍ਰਸਾਦੀ ਸ਼ਬਦ ਉਦਰੇ, ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਦੇ ਨਾਲ ਉਹਦਾ ਉਧਾਰ ਹੋ ਗਿਆ ਤੇ ਉਹਦੇ ਮਨ ਦੀ ਅਵਸਥਾ ਜਿਹੜੀ ਸੀ ਇਹੋ ਜਿਹੀ ਬਣ ਗਈ। ਇਹੋ ਹੀ ਗੱਲ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਸੇ ਹੀ ਆਸਾ ਰਾਗ ਦੇ ਅਖੀਰਲੇ ਸ਼ਬਦਾਂ ਦੇ ਵਿੱਚ ਸਾਡੇ ਸਨਮੁੱਖ ਰੱਖਦੇ ਨੇ। ਮੈਂ ਕੇਵਲ ਸ਼ਬਦ ਪੜਾਂਗਾ, ਸਮੇਂ ਨੂੰ ਖਿਆਲ ਵਿੱਚ ਰੱਖਦਿਆਂ ਹੋਇਆਂ ਸ਼ਬਦ ਆਪ ਜੀ ਨੇ ਬਹੁਤ ਵਾਰੀ ਸੁਣਿਆ। ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਭਗਤਾਂ ਦੀ ਗੱਲ ਕਰਦੇ ਨੇ ਜਿਹੜੇ ਭਗਤ ਆਪਣੇ ਆਪ ਦੇ ਵਿੱਚ ਤਬਦੀਲੀ ਲੈ ਆਉਂਦੇ ਨੇ ਸਤਸੰਗਤ ਦੇ ਵਿੱਚ ਆ ਕੇ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਡ ਦਮ ਕੋਸ਼ੀ ਪਰੋ ਹੋਇਓ ਲਾਖੀਣਾ ਬੁਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾ ਹਰਾ ਤਯੋ ਗੁਣੀ ਗਹੀਰਾ ਰਵਿਦਾਸ ਤਵੰਤਾ ਢੂਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਹਿਣ ਨਾਈ ਗੁਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗੰਨਿਆ ਇਹ ਬਿਦ ਸੁਣ ਕੈ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਬੜਭਾਗਾ। ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਸ਼ਬਦ ਦੇ ਅੰਦਰ ਉਹਨਾਂ ਸਾਰੇ ਭਗਤਾਂ ਦੀ ਗੱਲ ਕੀਤੀ ਜਿਹਨਾਂ ਭਗਤਾਂ ਦੀ ਬਾਣੀ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਤੇ ਉਹ ਸਾਰੇ ਭਗਤ ਜਿਹੜੇ ਸਨ ਉਸ ਵਕਤ ਲੋਕਾਂ ਦੀ ਨਜ਼ਰਾਂ ਦੇ ਵਿੱਚ ਨੀਵੀਂ ਜਾਤ ਦੇ ਸਨ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀ ਗੱਲ ਕਰਦੇ ਨੇ। ਭਗਤ ਨਾਮਦੇਵ ਜੀ ਜਿਹੜੇ ਸਨ ਜਿਹਨਾਂ ਦੇ ਲੋਕ ਕਹਿੰਦੇ ਸਨ ਵੀ ਅੱਡੀ ਕੌਡੀ ਦਾ ਨਹੀਂ ਉਹ ਹੁਣ ਲੱਖਾਂ ਦੇ ਵਿੱਚ ਭਾਵ ਬੜਾ ਵੱਡਾ ਹੋ ਗਿਆ। ਭਗਤ ਕਬੀਰ ਜੀ ਜਿਹੜੇ ਸਨ ਪੁੱਲ ਦੇ ਵਿੱਚੋਂ ਜੁਲਾਹੇ ਸਨ ਉਹ ਹੁਣ ਗੁਣਾਂ ਦੇ ਖਜ਼ਾਨੇ ਬਣ ਗਏ। ਰਵਿਦਾਸ ਭਗਤ ਜੀ ਜਿਹੜੇ ਸਨ
उन्होंने माया त्याग दिती, पाप दुनिया की वह बिरतियां त्याग दतिया, वह भी प्रगट हो गए। सैन नाई पुतकारियां वह घर घर सुनिया, सैन भगत जी लोगों दियां चाकरियां करन वाले वह भी हुण घर घर दे विच प्रगट हो गए। कहने लगे ये सारिया गल्लां सुन के भावें कि यह भगत धन्ना जी की गल करते हैं, पर सारिया उदाहरण सतगुरु महाराज ने उन्हां भगतां दियां दसियां ने जिहड़े नीवी जात दे विचों निकल करके, भाव लोकी नीवी जात दे कहिंदे सन पर परमेश्वर दे नाम दे नाल सुरत जुड़ के सतसंगत दे नाल जुड़ करके उच्चे हो गए। ते भगत कबीर जी अज दे इस समुचे शब्द दे अंदर उस तब्दीली का जिक्र करते हैं जिहड़ी तब्दीली सतसंगत दे विच जा करके उन्हां दे विच आई। वह तब्दीली सी भगत कबीर जी कहिंदे ने वी मेरी मत जिहड़ी सी बहुती रूपी मत वह मेरी धन दे नाल खचत सी, परंतु सतसंगत दे विच आ करके हुण परमेश्वर दे नाम दे नाल जुड़ गई, वह रामजनी बन गई। उस सतसंगियां ने मेरा घर भैड़ी बकारां वाली बिरती वह खत्म कर दिती, उजाड़ दिता वह मेरा घर। ते हुण मेरा अजाण मन परमेश्वर दे नाल जुड़ गया, ते हुण परमेश्वर दे नाल जुड़न दे नाल मैं भी जिहड़ा है वह उच्चा हो गया, भाव मेरी वह जात जिहड़ी सी वह गवाच गई ते हुण मैं भी उच्चा हो गया। इस समुचे शब्द के अंदर भगत कबीर जी उस तब्दीली का जिक्र करते हैं। मुख बंद केंद्री भाव भगत कबीर जी स्पष्ट करते हैं कि सतसंगत दे विच आ करके जिहड़ा है वह मनुख दे मन विच तब्दीली आउंदी है, भैड़ियां बिरतियां खत्म होंदियां ने, चंगे गुण जिहड़े ने वह आ जाते हैं, ये केवल ते केवल सतसंगत राही आउंदे ने। शब्द के अंदर भावें भगत कबीर जी ने परिवारक रिश्तियां का जिक्र करके वह सानू समझाउणा कीता है कि ओपरी नज़र दे नाल आपां इहदे अर्थ करिए, ते अर्थ जिहड़े टीकेकारां ने कीते ने वह बड़ी गुंझलदार बन जाते हैं, परंतु अंतरीम शब्द जिहड़े ने वह भगत कबीर जी के जो आप करते हैं तो साढ़े सन्मुख यही निचोड़ आता है कि सतसंगत आ करके भैड़िया बिरतियां खत्म होंदिया ने, ते मन चंगे पासे लग जाता है, अंदरों विकारी बिरती खत्म हो जाती है, तो मनुख उच्चा हो जाता। सतगुरु कृपा करे असी भी सतसंगत जा करके परमेश्वर के गुण गाँव हाँ, परमेश्वर बारे गुण अपने हिरदे अंदर लै करके असी भी अपने अंदरों भैड़ी बिरती खत्म करके उच्चे भाव चंगे गुण पैदा कर सकी। सतगुरु कृपा कर विचार की शांत करते हैं, कई बेअंत फुलां दी खिमा बख्श करनी जी, परवान करो। वाहिगुरु जी का खालसा, वाहिगुरु।